ਤਕੇਸ਼ਾਹੀ ਅੱਗੇ ਝੁਕਾਂਗੇ ਨਹੀਂ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਰਹਾਂਗਾ। ਯੂਪੀ ਪੁਲਿਸ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਰਿਹਾ ਕਰ ਦਿੱਤਾ ਹੈ ਪਰ ਇਸ ਮੌਕੇ ਤੇ ਉਹਨਾਂ ਬੋਲਦਿਆਂ ਕਿਹਾ ਕਿ ਨਾ ਤਾਂ ਉਹ ਤਕੇਸ਼ਾਹੀ ਸਹਿਣਗੇ ਤੇ ਨਾ ਹੀ ਝੁਕਣਗੇ, ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਦੱਸ ਦੇ ਕਿ ਪੀਲੀਭੀਤ ਚ ਬੀਤੀ ਰਾਤ ਸਿਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਤੇ ਗ੍ਰਿਫਤਾਰੀ ਮਨਜਿੰਦਰ ਸਿੰਘ ਸਿਰਸਾ ਦੀ ਹੋਈ ਸੀ। ਦੱਸ ਦੇ ਕਿ 26 ਜਨਵਰੀ ਦੀ ਟਰੈਕਟਰ ਪਰੇਡ ਦੇ ਵਿੱਚ ਹਿੱਸਾ ਲੈਣ ਕਿਸਾਨਾਂ ਦੇ ਨਾਲ ਮੁਲਾਕਾਤ ਲਈ ਮਨਜਿੰਦਰ ਸਿੰਘ ਸਿਰਸਾ ਗਏ ਸਨ ਜਿੱਥੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਲੇਕਿਨ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਰਿਹਾ ਜੋ ਹੈ ਪੁਲਿਸ ਵੱਲੋਂ ਕਰ ਦਿੱਤਾ ਗਿਆ। ਸੋ ਯੂਪੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਨਜਿੰਦਰ ਸਿੰਘ ਸਿਰਸਾ ਨੂੰ ਹੁਣ ਰਿਹਾ ਕਰਤਾ ਗਿਆ ਔਰ ਇਸ ਮੌਕੇ ਬੋਲਦਿਆਂ ਸਿਰਸਾ ਨੇ ਕਿਹਾ ਹੈ ਕਿ ਧੱਕੇਸ਼ਾਹੀ ਅੱਗੇ ਉਹ ਝੁਕਣਗੇ ਨਹੀਂ ਅਤੇ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਦੱਸ ਦੇ ਕਿ ਪੀਲੀਭੀਤ ਦੇ ਵਿੱਚ ਬੀਤੀ ਰਾਤ ਸਿਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਲੇਕਿਨ ਹੁਣ ਸਿਰਸਾ ਨੂੰ ਰਿਹਾ ਕਰਤਾ ਗਿਆ। ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਤੇ ਗ੍ਰਿਫਤਾਰੀ ਮਨਜਿੰਦਰ ਸਿੰਘ ਸਿਰਸਾ ਦੀ ਹੋਈ ਸੀ। ਦੱਸ ਦੇ ਕਿ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਆ ਰਹੇ ਕਿਸਾਨਾਂ ਦੇ ਨਾਲ ਮੁਲਾਕਾਤ ਮਨਜਿੰਦਰ ਸਿੰਘ ਸਿਰਸਾ ਕਰਨ ਗਏ ਸਨ ਜਿਸ ਨਾਲ ਦੀ ਇਸ ਮੌਕੇ ਤੇ ਗ੍ਰਿਫਤਾਰੀ ਯੂਪੀ ਪੁਲਿਸ ਵੱਲੋਂ ਕੀਤੀ ਗਈ ਸੀ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਸਾਰੀ ਇਹ ਬਰੇਲੀ ਦੀ ਸੰਗਤ ਦਾ ਅੱਜ ਜੋਸ਼ ਦੇਖਣ ਵਾਲਾ ਹੈ। ਜਦੋਂ ਸਾਨੂੰ ਪਕੜ ਕੇ ਲਖੀਮਪੁਰ ਖੇਰੀ ਅਸੀਂ ਜਾ ਰਹੇ ਸੀ ਆਪਣੇ ਕਿਸਾਨ ਵੀਰਾਂ ਦੇ ਕੋਲ ਉਹਨਾਂ ਦੇ ਸੱਦੇ ਤੇ, ਸਾਨੂੰ ਰਸਤੇ ਚੋਂ ਬਿਲਾਸਪੁਰ ਤੋਂ ਬਿਸਲਪੁਰ ਤੋਂ ਜੋ ਕਿ ਪੀਲੀਭੀਤ ਡਿਸਟ੍ਰਿਕਟ ਅੰਦਰ ਪੈਂਦਾ ਸੀ ਉੱਥੋਂ ਪੁਲਿਸ SHO ਔਰ SCB ਪਹੁੰਚਦੇ ਨੇ। ਪੁਲਿਸ ਦੀ ਪੂਰੀ ਘੇਰਾਬੰਦੀ ਦੇ ਨਾਲ ਸਾਨੂੰ ਗੱਡੀ 'ਚ ਬਿਠਾ ਕੇ ਲੈ ਕੇ ਆਉਂਦੇ ਨੇ ਮੈਨੂੰ ਇੱਥੇ ਔਰ ਮੈਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਪ੍ਰੀਵੈਂਟਿਵ ਅਰੈਸਟ ਕੀਤਾ। ਕਿਉਂ ਕੀਤਾ ਹੈ? ਕਿਉਂਕਿ ਸਾਨੂੰ ਲਖੀਮਪੁਰ ਦੇ DM ਨੇ ਔਰ SSP ਨੇ ਕਿਹਾ ਹੈ ਅਗਰ ਸਿਰਸਾ ਉੱਥੇ ਪਹੁੰਚੇਗਾ ਤਾਂ ਕਾਨੂੰਨ ਵਿਵਸਥਾ ਵਿਗੜੇਗੀ। ਬੜੇ ਸ਼ਰਮ ਦੀ ਗੱਲ ਆ, ਪਰ ਮੈਂ ਧੰਨਵਾਦ ਕਰਦਾ ਹੈ। ਇੱਕ ਘੰਟਾ ਪੁਲਿਸ ਤੋਂ ਨਹੀਂ ਬਿਠਾਇਆ ਗਿਆ। ਆ ਮੈਂ ਆਪਣੇ ਵੀਰਾਂ ਧੰਨਵਾਦ ਕਰਦਾ ਹਾਂ। ਇਹਨਾਂ ਵੀਰਾਂ ਦੇ ਸਦਕੇ ਪੁਲਿਸ ਸਾਨੂੰ 1 ਘੰਟਾ ਨਹੀਂ ਬਿਠਾ ਸਕੀ ਔਰ ਅਸੀਂ ਹੁਣ ਦੁਬਾਰਾ ਆਪਣੇ ਲਖੀਮਪੁਰ ਖੀਰੀ ਵਾਲੇ ਪਾਸੇ ਅਸੀਂ ਪੁਲਿਸ ਨੂੰ ਕਹਿਤਾ ਸੀਗਾ ਜੋ ਮਰਜ਼ੀ ਕਰ ਲੋ, ਕਿਸਾਨਾਂ ਲਈ ਖੜੇ ਆ, ਲੜਾਂਗੇ, ਮਰਾਂਗੇ, ਪਰ ਕਿਸਾਨ ਤੋਂ ਪਿੱਛੇ ਨਹੀਂ ਹਟਾਂਗੇ।